पूरे गुर का सो उपदेश पार ब्रह्म निकट करके पूरे गुर का सुन उपदेश निकट करके सास सास सिमरो गोविंद मन अंदर की उतरे चिंद आस अनित त्यागो तरंग संत जना की धूल मन मंग हातन के भर लो पंडार आप छोड़ बेनती करो साग संग अगन सागर करो आप छोड़ बेनती करो साध संग अगन सागर करो हर तन के पहले हो पंडार नानक गुर पूरे नमस्कार नानक गुर पूरे नमस्कार गुर पूरे मेरी राख लई 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 मेरी राख लई मेरी राख लई गुर पूरे मेरी राख लई मेरी राख लई गुर पूरे मेरी राख लई गुर पूरे मेरी राख लई अमृत नाम गई
जन्म जन्म की मैल गई, जन्म जन्म की Yeah.
ਨਾਨਕ ਪੂਰਾ ਗੁਰੂ ਹੈ। ਤੇ ਮਹਾਰਾਜ ਹੁਕਮ ਕਰਦੇ ਹਨ ਪੂਰੇ ਗੁਰ ਕਾ ਸੁਣ ਉਪਦੇਸ਼। ਸੁਖਮਨੀ ਸਾਹਿਬ ਦਾ ਇਹ ਸ਼ਬਦ ਆਪਾਂ ਸਾਰਿਆਂ ਨੇ ਬਹੁਤ ਵਾਰੀ ਸੁਣਿਆ, ਸਾਧ ਸਾਧ ਸਿਮਰੋ ਗੋਬਿੰਦ। ਪਰ ਇਹਦੇ ਵਿੱਚ ਮਹਾਰਾਜ ਨੇ ਸੱਤ ਆਦੇਸ਼ ਦਿੱਤੇ ਹਨ ਗੁਰਸਿੱਖ ਨੂੰ ਕੀ ਕਰਨਾ। ਸਭ ਤੋਂ ਪਹਿਲਾਂ ਆਰਡਰ ਗੁਰੂ ਪੰਚਮ ਪਾਤਸ਼ਾਹ ਦਾ, ਉਪਦੇਸ਼ ਗਿਆਨ ਪੂਰੇ ਗੁਰੂ ਤੋਂ ਲੈਣਾ ਹੈ, ਅਧੂਰੇ ਕੋਲੋਂ ਨਹੀਂ। ਹੁਣ ਸਾਨੂੰ ਸਮਝ ਨਹੀਂ ਵੀ ਪੂਰਾ ਕਿਹੜਾ ਤੇ ਕੱਚਾ ਕਿਹੜਾ, ਇਸ ਕਰਕੇ ਅਰਦਾਸ ਕਰਨੀ ਵੀ ਦਾਤਾ ਕੋਈ ਪੂਰਾ ਗੁਰੂ ਮਿਲਾ। ਨਿਸ਼ਾਨੀਆਂ ਜ਼ਰੂਰ ਦੱਸ ਦਿੱਤੀਆਂ ਮਹਾਰਾਜ ਨੇ ਵੀ ਪੂਰਾ ਗੁਰੂ ਕਿਹੋ ਜਿਹਾ ਹੁੰਦਾ, ਪਰ ਫਿਰ ਵੀ ਅਸੀਂ ਨਹੀਂ ਪਰਖ ਸਕਦੇ, ਸਾਡੀ ਮੱਤ ਬਹੁਤ ਛੋਟੀ ਹੈ। ਅਸੀਂ ਇਸ ਲਾਇਕ ਨਹੀਂ ਵੀ ਅਸੀਂ ਪੂਰੇ ਗੁਰੂ ਦੀ ਪਛਾਣ ਕਰ ਸਕੀਏ, ਇਸ ਲਈ ਅਰਦਾਸ ਕਰਨੀ ਵੀ ਦਾਤਾ ਤੂੰ ਆਪੇ ਮਿਲਾ ਦੇ, ਮੈਨੂੰ ਪਛਾਣਨ ਦੀ ਲੋੜ ਹੀ ਨਹੀਂ, ਮੇਰੀ ਮੁਸੀਬਤ ਤੂੰ ਦੂਰ ਕਰ ਦੇ। ਜਦੋਂ ਉਹਦੇ ਅਰਦਾਸ ਕਰੀਏ ਨਾ, ਫਿਰ ਉਹ ਆਪੇ ਹੀ ਮਿਲਾ ਦਿੰਦਾ। ਸਾਨੂੰ ਲੱਭਣ ਦੀ ਲੋੜ ਨਹੀਂ, ਸਾਨੂੰ ਪਰਖਣ ਦੀ ਲੋੜ ਨਹੀਂ, ਪਛਾਣਨ ਦੀ ਲੋੜ ਨਹੀਂ। ਪਰ ਅਰਦਾਸ ਸਿੰਸੀਅਰ ਮਨੋ ਹੋਣੀ ਚਾਹੀਦੀ ਹੈ ਵੀ ਪੂਰੇ ਗੁਰੂ ਦਾ ਉਪਦੇਸ਼ ਜੋ ਸੁਣਨਾ, ਆਦੇਸ਼ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਵੀ ਉਪਦੇਸ਼ ਪੂਰੇ ਗੁਰੂ ਦਾ ਸੁਣਨਾ। ਪੂਰੇ ਗੁਰ ਕਾ ਸੁਣ ਉਪਦੇਸ਼। ਦੂਸਰੀ ਗੱਲ, ਪਾਰ ਬ੍ਰਹਮ ਨਿਕਟ ਕਰ ਵੇਖ। ਰੱਬ ਨੂੰ ਹਰ ਵੇਲੇ ਆਪਣੇ ਅੰਗ ਸੰਗ ਜਾਣ, ਨਿਕਟ ਕਰ ਵੇਖ, ਫੀਲ ਹਿਮ ਨੀਅਰਰ ਦੈਨ ਨੀਅਰੈਸਟ। ਕਦੀ ਸੋਚਿਆ ਆਪਾਂ, ਇਹ ਸ਼ਬਦ ਤੇ ਬੜੀ ਵਾਰੀ ਪੜ੍ਹਿਆ, ਪੂਰੇ ਗੁਰ ਕਾ ਸੁਣ ਉਪਦੇਸ਼, ਸਾਧ ਸਾਧ ਸਿਮਰੋ ਗੋਬਿੰਦ, ਮਨੰਤਰ ਕੀਰਤਰੇ ਚਿੰਨ, ਆਸ ਅਨਿਤਿਆ ਗੋਤਰਮ। ਪਰ ਆਪਾਂ ਨੂੰ ਸਿਰਫ ਪਹਿਲੀ ਲਾਈਨ ਯਾਦ ਹੈ, ਸਾਧ ਸਾਧ ਸਿਮਰੋ ਗੋਬਿੰਦ। ਇਹਦੇ ਮਹਾਰਾਜ ਨੇ ਸੱਤ ਉਪਦੇਸ਼ ਦਿੱਤੇ ਹਨ, ਆਰਡਰ ਹਨ ਸੱਤ ਗੁਰਸਿੱਖ ਵਾਸਤੇ, ਗੁਰਸਿੱਖ ਦੀ ਰਹਿਣੀ ਵਾਸਤੇ, ਉਹਦੇ ਜੀਵਨ ਵਾਸਤੇ, ਰੋਜ਼ਾਨਾ ਜ਼ਿੰਦਗੀ ਉਹਦੀ ਕਿਹੋ ਜਿਹੀ ਹੋਣੀ ਚਾਹੀਦੀ ਹੈ। ਇਸ ਪਦੇ ਵਿੱਚ ਮਹਾਰਾਜ ਨੇ ਸੱਤ ਉਪਦੇਸ਼ ਕੀਤੇ ਹਨ। ਪੂਰੇ ਗੁਰ ਕਾ ਪਹਿਲਾ ਉਪਦੇਸ਼, ਪੂਰੇ ਗੁਰ ਕਾ ਸੁਣ ਉਪਦੇਸ਼। ਐਵੇਂ ਨਹੀਂ ਵੀ ਫਲਾਨੇ ਨੇ ਆਹ ਕਹਿ ਦਿੱਤਾ ਅਸੀਂ ਉਹ ਮੰਨਣਾ ਸ਼ੁਰੂ ਕਰਤਾ, ਦੂਸਰੇ ਨੇ ਆ ਕੇ ਕੁਝ ਹੋਰ ਕਹਿ ਦਿੱਤਾ ਅਸੀਂ ਉਹ ਮੰਨਣਾ ਸ਼ੁਰੂ ਕਰ ਦਿੱਤਾ, ਤੀਸਰੇ ਨੇ ਕੁਝ ਹੋਰ ਕਹਿ ਦਿੱਤਾ ਉਹ ਮੰਨਣਾ ਸ਼ੁਰੂ ਕਰਤਾ, ਨਾ। ਸਾਡੇ ਕੋਲ ਨਾਨਕ ਗੁਰੂ ਪੂਰਾ, ਉਹਦੀ ਬਾਣੀ ਹੈ, ਤੇ ਅਸੀਂ ਉਸ ਗੁਰੂ ਕੋਲੋਂ ਹੀ ਸੁਣਨੀ ਹੈ ਜਿਹੜਾ ਉਸ ਪੂਰੇ ਗੁਰੂ ਦੀ ਬਾਣੀ ਸੁਣਾਉਂਦਾ ਹੈ। ਉਸ ਗੁਰਮੁਖ ਦੀ ਸੰਗਤ ਕਰਨੀ ਹੈ ਜਿਹੜਾ ਆਪਣੀ ਗੱਲ ਨਾ ਕਰੇ, ਕੇਵਲ ਔਰ ਕੇਵਲ ਬਾਣੀ ਦੀ ਗੱਲ ਕਰੇ। ਪਹਿਲੀ ਗੱਲ, ਪਾਰ ਬ੍ਰਹਮ ਨਿਕਟ ਕਰ ਵੇਖ, ਉਸ ਪਰੇ ਤੋਂ ਪਰੇ ਬ੍ਰਹਮ ਜਿਹੜਾ ਹਰ ਪੱਖ ਤੋਂ ਪਰੇ, ਬਿਯੋਂਡ ਦੀ ਰੀਚ ਆਫ ਮਾਈਂਡ ਐਂਡ ਵਿਜ਼ਡਮ, ਉਹਦਾ ਕੋਈ ਹੱਦ ਬੰਨਾ ਨਹੀਂ, ਪਾਰਾਵਾਰ ਨਹੀਂ ਹੈ, ਲਿਮਿਟਲੈਸ, ਬਾਉਂਡਲੈਸ, ਉਸ ਪਰਮਾਤਮਾ ਨੂੰ ਹਰ ਵੇਲੇ ਨਿਕਟ ਕਰਕੇ ਜਾਣ, ਵੇਖ, ਪਾਰ ਬ੍ਰਹਮ ਨਿਕਟ ਕਰ ਵੇਖ, ਅੰਗ ਸੰਗ ਜਾਣ ਹਰ ਵੇਲੇ ਪਰਮਾਤਮਾ ਨੂੰ। ਫਿਰ ਤੀਸਰੀ ਗੱਲ, ਸਾਸ ਸਾਸ ਸਿਮਰੋ ਗੋਬਿੰਦ, ਹਰ ਪਲ ਉਸ ਪ੍ਰਭੂ ਨੂੰ ਯਾਦ ਰੱਖਣਾ, ਪਿਆਰ ਨਾਲ ਯਾਦ ਰੱਖਣਾ, ਉਹਦੇ ਗੁਣਾਂ ਦੀ ਸਾਂਝ ਬਣਾਈ ਰੱਖਣੀ ਹੈ, ਉਹਦੇ ਉਪਦੇਸ਼ ਨੂੰ ਚੇਤੇ ਰੱਖਣਾ, ਹਰ ਵੇਲੇ ਚੇਤੇ ਰੱਖਣਾ। ਲਾਭ ਕੀ ਹੋਏਗਾ, ਮਨ ਅੰਤਰ ਕੀ ਤਰੇ ਚਿੰਨ, ਤੇਰੇ ਅੰਦਰ ਦੀ ਚਿੰਤਾ ਦੂਰ ਹੋ ਜਾਏ। ਫਿਰ ਮਹਾਰਾਜ ਕਹਿੰਦੇ ਨੇ ਹੋਰ ਕੀ ਕਰਨਾ, ਆਸ ਅਨਿਤ ਤਿਆਗੋ ਤਰੰਗ, ਨਿਤ ਨਾ ਰਹਿਣ ਵਾਲੀਆਂ ਆਸਾਂ ਸ਼ਾਰਟ ਲਿਵਡ ਹਨ, ਸਾਡੀਆਂ ਸਾਰੀਆਂ ਆਸਾਂ ਸ਼ਾਰਟ ਲਿਵਡ ਹਨ, ਕੌਂਸਟੈਂਟ ਨਹੀਂ ਹਨ, ਬਹੁਤ
ਦੂਰ ਤੱਕ ਜਾਣ ਵਾਲੀਆਂ ਨਹੀਂ ਹਨ। ਸਾਡੀ ਆਸ ਪੂਰੀ ਹੋ ਜਾਂਦੀ ਹੈ ਪੰਜਾਂ ਮਿੰਟਾਂ 'ਚ, ਸਾਨੂੰ ਉਹਦਾ ਨਸ਼ਾ ਮੁੱਕ ਜਾਂਦਾ, ਉਹਦਾ ਸਵਾਦ ਮੁੱਕ ਜਾਂਦਾ, ਫਿਰ ਹੋਰ ਆਸ ਰੱਖ ਲੈਂਦੇ। ਕਿਉਂਕਿ ਇਹ ਆਸਾਂ ਅਨਿੱਤ ਹਨ, ਨਿੱਤ ਨਾ ਰਹਿਣ ਵਾਲੀਆਂ ਹਨ, ਪੈਰੀਸ਼ੇਬਲ ਹਨ, ਡਿਸਟਰਾਈਬਲ ਹਨ। ਇਸ ਲਈ ਮਹਾਰਾਜ ਕਹਿੰਦੇ ਨੇ ਇਹਨਾਂ ਦੀ ਤਰੰਗ ਛੱਡ, ਇਹਨਾਂ ਦੀ ਅਟੈਚਮੈਂਟ ਛੱਡ। ਆਸ ਅਨਿੱਤ ਤਿਆਗੋ, ਲੀਵ ਦੈਮ, ਆਸਾਂ ਕਰਨੀਆਂ ਛੱਡ ਦੇ। ਉਹ ਤੇਰਾ ਪਿਤਾ ਸਮਰੱਥ ਹੈ, ਸਿਆਣਾ ਹੈ ਤੇ ਸਭ ਕੁਝ ਜਾਣਦਾ, ਤੈਨੂੰ ਕਿਹੜੇ ਵੇਲੇ ਕਿਹੜੀ ਚੀਜ਼ ਦੀ ਲੋੜ ਆ ਉਹਨੂੰ ਪਤਾ ਹੈ। ਪਿਤਾ ਜੋ ਹੋਇਆ ਸਮਰੱਥ ਪਿਤਾ ਹੈ, ਸਭ ਕੁਝ ਦੇਣ ਦੇ ਸਮਰੱਥ ਹੈ। ਜੇ ਤੈਨੂੰ ਨਹੀਂ ਦਿੰਦਾ ਇਹਦਾ ਮਤਲਬ ਇਹ ਨਹੀਂ ਵੀ ਉਹਦੇ ਕੋਲ ਹੈ ਨਹੀਂ, ਉਹਨੂੰ ਇਹ ਪਤਾ ਤੈਨੂੰ ਇਹਦੀ ਜ਼ਰੂਰਤ ਨਹੀਂ ਹੈ, ਤੂੰ ਫੇਰ ਮੰਗੀ ਜਾਂਦਾ। ਅਸੀਂ ਮੰਗਦੇ ਹਾਂ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਇਹ ਛੱਡ ਦੇ। ਆਸ ਅਨਿੱਤ ਤਿਆਗੋ ਤਰੰਗ, ਇਹ ਤਰੰਗ ਇਹ ਜਿਹੜੀਆਂ ਤੇਰੇ ਮਨ 'ਚ ਉੱਠਦੀਆਂ ਨਾ ਕਿ ਆਹ ਵੀ ਹੋ ਜਾਏ, ਆਹ ਵੀ ਹੋ ਜਾਏ, ਆਹ ਹੋ ਜਾਏ ਤਾਂ ਬਹੁਤ ਆਨੰਦ ਹੋ ਜਾਏ, ਜੇ ਆਹ ਹੋ ਜਾਏ ਇਸ ਤਰ੍ਹਾਂ ਹੋ ਜਾਏ ਤਾਂ ਬਹੁਤ ਚੰਗਾ ਹੋ ਜਾਏ, ਇਹ ਤਰੰਗ ਹਨ। ਮਹਾਰਾਜ ਕਹਿੰਦੇ ਨੇ ਇਹਨੂੰ ਤਿਆਗ ਦੇ, ਲੀਵ ਦੇ। ਕੀ ਕਰਿਆ ਕਰ, ਸੰਤ ਜਨਾਂ ਕੀ ਧੂਲ ਮਨ ਮਨ, ਬਖਸ਼ਿਆ ਹੋਇਆਂ ਦੀ ਚਰਨ ਧੂਲ, ਇਹ ਮੰਗਿਆ ਕਰ ਕਿ ਮੈਨੂੰ ਪੂਰਾ ਗੁਰੂ ਮਿਲਾ ਦੇ, ਉਹਦੀ ਸੰਗਤ ਵਿੱਚ ਮੈਂ ਤੇਰੇ ਗੁਣ ਗਾਵਾਂ। ਸੰਤ ਜਨਾਂ ਕੀ ਧੂਲ ਮਨ ਮਨ, ਸੰਤਾਂ ਦੇ ਜੋੜਿਆਂ ਦੀ ਧੂੜ ਮੱਥੇ ਤੇ ਲਾਇਆ ਕੱਖ ਨਹੀਂ ਬਣਨਾ, ਇਹ ਮੁਹਾਵਰਾ ਹੈ। ਅਸੀਂ ਇਹਨੂੰ ਪ੍ਰੈਕਟੀਕਲ ਕਰਨ ਲੱਗ ਪਏ, ਫਿਜ਼ੀਕਲ ਕਰਨ ਲੱਗ ਪਏ। ਨੱਕੋ ਚਨੇ ਚਬਾਉਣਾ ਇੱਕ ਮੁਹਾਵਰਾ ਹੈ, ਇਹਦਾ ਮਤਲਬ ਇਹ ਨਹੀਂ ਹੈ ਵੀ ਨੱਕ ਨਾਲ ਚਨੇ ਚਬਾਏ ਜਾਂਦੇ ਨੇ, ਔਖਾ ਕੰਮ, ਔਖਾ ਕੰਮ ਹੈ, ਪੋਸੀਬਲ ਨਹੀਂ ਹੈ ਨਾ, ਨੱਕ ਨਾਲ ਚਨੇ ਨਹੀਂ ਚਬਾਏ ਜਾ ਸਕਦੇ, ਮੁਹਾਵਰਾ ਹੈ। ਅਤੇ ਜੇ ਕੋਈ ਇਹਦੇ ਅੱਖਰਾਂ ਵੱਲ ਚਲਾ ਜਾਏ ਤੇ ਨੱਕ ਨਾਲ ਚਨੇ ਚਬਾਉਂਦਾ ਰਹੇ ਹੋਏਗਾ ਕੀ, ਕੁਝ ਵੀ ਨਹੀਂ, ਪੋਸੀਬਲ ਨਹੀਂ ਹੈ। ਉੱਥੇ ਭਾਵ ਇਹ ਹੈ ਵੀ ਇਹ ਔਖਾ ਕੰਮ ਹੈ, ਨਾ ਕੋ ਚਨੇ ਚਬਾਉਣਾ। ਸੰਤ ਜਨਾਂ ਕੀ ਧੂਲ ਮਨ ਮੰਗ, ਮੁਹਾਵਰਾ ਹੈ। ਅਸੀਂ ਕੀ ਕਰਨਾ ਸ਼ੁਰੂ ਕਰ ਦਿੱਤਾ ਵੀ ਗੁਰਮੁਖਾਂ ਦੇ ਜੋੜੇ ਝਾੜ ਕੇ ਮੱਥੇ ਨੂੰ ਉਡਾਉਣੇ ਸ਼ੁਰੂ ਕਰਦੇ, ਅਤੇ ਉਸੇ ਗੁਰਮੁਖ ਨਾਲ ਮਗਰੋਂ ਲੜਦੇ ਹਾਂ, ਬਾਹਰ ਜੋੜੇ ਝਾੜ ਕੇ ਆਏ, ਅੰਦਰ ਉਹਨਾਂ ਲੜਨਾ ਸ਼ੁਰੂ ਕਰਤਾ, ਪਤਾ ਹੀ ਨਹੀਂ ਨਾ ਕਿਹਦੇ ਜੋੜੇ ਝਾੜੇ ਸੀ। ਸੰਤ ਜਨਮ ਕੀ ਧੂਲ ਮਨ ਮੰਗ, ਉਹਨਾਂ ਦੀ ਸੰਗਤ ਮੰਗ, ਇੰਨੀ ਨਿਮਰਤਾ ਆ ਜਾਏ ਵੀ ਜੋ ਸੰਤ ਜਨ, ਗੁਰਮੁਖ ਜਨ, ਪੂਰਾ ਗੁਰੂ ਆਖੇ ਮੈਂ ਉਹ ਮੰਨ ਲਵਾਂ, ਇਹ ਹੈ ਸੰਤ ਜਨਾਂ ਕੀ ਧੂਲ ਮਨ ਮੰਗ। ਫਿਰ ਹੋਰ ਕੀ ਕਹਿੰਦੇ ਨੇ, ਆਪ ਛੋੜ ਬੇਨਤੀ ਕਰੋ, ਆਪਣੀ ਹਉਮੈ ਛੱਡ, ਮੈਂ ਛੱਡ ਤੇ ਰੱਬ ਅੱਗੇ ਅਰਦਾਸ ਕਰ। ਗੁਰ ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤੋਂ, ਉਹ ਬਖਸ਼ਿਆ ਹੋਇਆਂ ਦੀ ਸੰਗਤ ਵਿੱਚ, ਉਹਨਾਂ ਦੀ ਸੰਗਤ ਕਰਕੇ ਇਹ ਮਾਇਆ ਦਾ ਸਰੋਵਰ ਤਰਿਆ ਜਾ ਸਕਦਾ ਹੈ। ਸਾਧ ਸੰਗ ਅਗਨ ਸਾਗਰ ਤੋਂ, ਆਪ ਛੋੜ ਬੇਨਤੀ ਕਰੋ, ਬੇਨਤੀ ਕਰ ਸਕਦੇ, ਹੋਰ ਸਾਡੇ ਵੱਸ ਹੈ ਕੋਈ ਨਹੀਂ। ਜਦੋਂ ਆਦਮੀ ਹਰ ਪਾਸਿਓਂ ਟੁੱਟ ਜਾਏ ਉਹ ਫਿਰ ਕੀ ਲਿਲਕੜੀਆਂ ਹੀ ਲੈਂਦਾ, ਰਿਕੁਐਸਟ ਹੀ ਕਰਦਾ ਵੀ ਮੇਰੇ ਤੇ ਕੋਈ ਕਿਰਪਾ ਕਰੋ, ਮੇਰੀ ਕੋਈ ਹੈਲਪ ਕਰੋ, ਹੋਰ ਤਾਂ ਉਹ ਕਰ ਹੀ ਕੁਝ ਨਹੀਂ ਸਕਦਾ। ਜਦੋਂ ਸਾਰੇ ਆਸਰੇ ਟੁੱਟ ਜਾਣ ਉਦੋਂ ਬੇਨਤੀ ਇੱਕ ਆਸਰਾ ਰਹਿ ਜਾਂਦਾ ਹੈ। ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ, ਬਖਸ਼ਾਂ ਮੈਂ ਆਪਣੀ ਸੰਗਤ ਮਿਲ ਜਾਏ ਤੇ ਮਾਇਆ ਦਾ ਸਰੋਵਰ ਤਰਿਆ ਜਾ ਸਕਦਾ। ਸਾਧ ਸੰਗਤ ਕਹਿ ਅੰਚਲ ਲਾਵੋ, ਵਿਖਮ ਨਦੀ ਜਾਏ ਤਰਨੀ, ਇਹ ਔਖੀ ਤਰਨੀ ਨਦੀ ਤਾਂ ਤਰੀ ਜਾ ਸਕਦੀ ਹੈ ਜੇ ਕਿਸੇ ਬਖਸ਼ੇ ਹੋਏ ਦਾ ਪੱਲਾ ਮਿਲ ਜਾਏ, ਸਾਥ ਮਿਲ ਜਾਏ। ਸਾਧ ਸੰਗਤ ਕਹਿ
अंचल लागू, आंचल हिंदी का पद है, अंचल पल्ला, बिखम नदी औखी नदी जाए तरनी, ये जाए तरी जा सकती है जे कोई बख्शे हुए दी संगत मिल जाए, साध संग अगन सागर तरो। ते जे तो ये सात उपदेश जेड़े उत्ते दिते हैं इन्हां नूं मन लवे, इन्हां नूं जीवन च घटा लै, ते फिर महाराज कहिंदे ने हर धन के भर लिओ भंडार, नानक गुर पूरे नमस्कार। पूरे गुरु नूं नमस्कार है, उहदा धन्नवाद है जिन्हें मैनू ये अगन सागर तरा के परमात्मा नाल मिलाप करा दिता। प्रोसेस यही है, बख्शिया होया की संगत विच उहदे अगे गुण गाउणे हन, उहदे अगे बेनतियां अरदासां करनियां, फिर ये नित ना रहण वालियां आसां नूं मनों कढ़णा, अपनी हौं छड्डणी है, रब नूं हर वेले अंग संग जानना है, ते पूरे गुरु की गल सुननी है। ये उपदेश है, पूरे गुरु की महिमा है, बख्शिश बख्शे हुए की संगत की लोड़ है। अज के शब्द में गुरु अर्जन देव पातशाह कहते हैं गुर पूरा मेरी राख गई, पूरे गुरु ने ही मेरे मैनू इन्हों पंजा तो रखना है, विकारा के अगेंस्ट उन्हें मेरी इज्जत रख ली, क्योंकि वो बख्शिश तो बिना यह संभव नहीं। किवें रखी अमृत नाम हृदय मैं दीनो, उन्हें मेरे हिरदे विच नाम अमृत प्रगट कर दिता, रब जो मेरे अंदर सी, जोत जो मेरे अंदर सी वो प्रकट हो गई, हुण मैनू एहसास होने लग पिया कि रब मेरे अंदर है, मैं रब दा ही रूप हाँ, मेरे जड़े सामने बैठा है वो भी रब दा ही रूप है, जो दिसै सो तेरा रूप, ये एहसास होने लग पिया कदों, जदों पूरे गुरु ने बख्शिश की, जदों मैं उहदी संगत की, उहदी संगत विच मैं अरदासां बेनतियां जोदड़ियां कीतियां, गुण गाए तां पूरे गुरु ने मेरी लाज रख ली, हुण विकार मैनू तंग नहीं करदे, विकारां दा जोर नहीं पैंदा, मेरी इज्जत रख ली, अगेंस्ट विकार काम करो दो मोह अमृत नाम हृदय मैं दीनो, जन्म जन्म की मैल गई, जन्मां जन्मांतरां दी ये विकारां दी मैल दूर हो गई, गुर पूरे मेरी राख गई, निवरै दूत दुष्ट बैराई, ये जिहड़े एंबेसडर सन विकारां दे दुष्ट बुरियाई दे एंबेसडर, काम क्रोध लोभ मोह अहंकार नाश हो गए, निवरै दूत दुष्ट बैराई, गुर पूरे का जपया जाप, जदों मैं पूरे गुरु दे जाप नूं जपया, उहदे उपदेश नूं जीवन विच जापया पहचानिया, केवल रसना नाल नहीं मन करके जानिया, ये गल इउं जाप दी है पहचानिया, गुर पूरे का जपया जाप, कहां करे कोई बेचारा प्रभ मेरे का वड प्रताप, हुण ए जिहड़े पंज हन ए बेचारे की करन, ए हुण कमजोर पै गए, अगे तगड़े हुए सी, गुरु अर्जन देव पातशाह कहिंदे ने बड़े तगड़े हन, पंच विखाती एक गरीबा, मैं इन्हां दे सामने गरीब सी, ए बड़े ताकतवर सी, पर जदों ते पूरे गुरु ने मेरे अंदर बख्शिश कीती, जदों तो मैं उहदा उपदेश सुन के जीवन विच घटाया, जदों तो मैं गुरु की गल मन ली, हुण ये बड़े कमजोर पै गए, बेचारे हुण बेचारे बन गए, हुण मैं तगड़ा हो गया, निहत्थे पंज जवान मैं गुर थापी दित्ती कंध जीओ, जदों गुरु ने मेरी कंध कंधे ते मेरी पिठ ते थापड़ा दिता बख्शिश दा कृपा कीती, ते मैं ये पंज जवान निहत्थे कर दिते, ढा लए मैं पंजां नूं, मैं थले जमीन च पा लिया, हुण मैं गुड्डा रख के इन्हां ते राज करना, कहां करे कोई बेचारा, ये हुण बेचारे की करन, ये तां काबू आ गए, प्रभु मेरे का वड प्रताप, उस वड्डे दा मेरे प्रभु दा प्रताप ही इन्ना है,
क्योंकि वो हुण प्रगट हो गया ना मेरे हृदय च, हुण तो मैं रब रूप हो गया। प्रभु मेरे का बड़े प्रताप, महाराज कहते हैं प्रताप तुम्हारा देख कर जमदूत छड़ जाए, जमदूत भी छड़ जाते हैं। ये पांच चोर तो बहुत छोटे हैं, फिर जमदूत भी नहीं लैन आते। सुन के जम के दूत नाहे तेरे, तेरा ना सुन के जम दे दूत छड़ जाए। रोजाना रह रस पड़ गए, सुन के जम के दूत नाए तेरे, इतों तक कट्ठा पढ़ना है। आम तौर पर असं पढ़ते हैं सुन के जम के दूत नाए तेरे छड़ जाए, अर्थ नहीं बनता। सुन के जम के दूत नाए तेरे, तेरा नार सुन के जमदूत छड़ जाए, प्रताप तुम्हारा देख के जमदूत छड़ जाए। तेरा प्रताप ही है ना, जिथे सूरज की रोशनी हो जाए उथे छोटे मोटे दीवियां दी की बुकत है, कोई बुकत नहीं दिखदी। तेरा प्रताप इन्ना है कि ये काम करो द्रो मोहंकार फिर बिल्कुल खत्म हो जाते, इन्हों की एग्जिस्टेंस ही नहीं रहती, एंटिटी नहीं रहती। निवरै दूत दुष्ट बरै गहराई, गुरपुरे का जपया जाप कहां करे कोई बेचारा, प्रभ मेरे का बड़ प्रताप। सिमर 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 सुख पाया, चरण कमल रख मन मानी। सिमर 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 सुख पाया, तीन बारी महाराज ने यह अखर रखे जोर दिता है कि उस परमात्मा नूं प्यार नाल याद, प्यार नाल याद कर, मनो याद कर। जे करेगा की होएगा, सुख पाया, जीवन का सुख मिल जाएगा। तू जिथे सुख लभदा उहदे च सुख नहीं है, सुख है सर्व सुखा हर हर गुण गाए, हरि दे गुण गाण विच सुख है, पर मन करके गुणियां, रसना करके नहीं दिलों गुणियां। रब्बा तू अंतर जामी है, रब्बा तू पालन हार है, रब्बा तू बख्शन हार है, तू दयालु है, तू कृपालु है, तू अंतरजामी है, तू सब थां ते है। सिमर 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 सुख पाया, चरण कमल रख मन माहे। ओदे कमल वर्गे चरण कियन, ओदा शब्द हिरदे चरण शब्द सतगुर को, हिरदे च केड़े चरण वसाउणे ने महाराज कहिंदे ने शब्द सतगुर को। सतगुरु का शब्द ही सतगुरु के चरण हैं, माई चरण गुर मीठे, गुरु के चरण बड़े मिठे हैं। माई गुर चरणी चित लाई है, गुरु के चरणा च चित लाना है। गुरु का चरण गुरु का शब्द है, की है वह शब्द, अंतर एको बाहर एको सब में एक समाई है, यह शब्द है। यह चरण इन्हू हिरदे च वसाना है भी अंदर बार सारे च वो एक है, इस शब्द नू हिरदे च वसाना है। माई गुर चरणी चित लाई है, ऐ मेरी मां गुरु दे चरणा नाल शब्द नाल मन नू जोड़, चित जोड़। सिमर 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 सुख पाया, चरण कमल रख मन माही। गुरु दे शब्द नू मन दे विच रख। फिर महाराज एक होर गल समझा दें, ताकि शरण परियो नानक दास, दास नानक ओदी शरण पैंदा, ओदी शरण तकदा। ताकि शरण परियो नानक दास, जाते ऊपर को नाही। जिहदे उत्ते कोई है नहीं ओदी शरण विच जाना है, एवें हर एक दे अगे मत्था नहीं टेकी जाना। शरण केवल और केवल परमात्मा दी लैणी है। महाराज एक थां होर बख्शिश करदे, तिसकी सरणी पर मना, जिस जेवड अवर ना कोई। साध संगत होए निर्मला, साध संगत होए निर्मला, कटी है जम की फास। सिद्धांत यही है, बख्शे हुए दी संगत विच ही तू निर्मल होएगा। ये तेरे पांच चोर तेरा साथ छड़नगे, बख्शा है
ਸਾਧ ਸੰਗਤ ਹੋਏ ਨਿਰਮਲਾ ਕੱਟੀਏ ਜਮਕੀ ਫਾਸ। ਇਹ ਜਮਾਂ ਦੀ ਫਾਸੀ ਬਖਸ਼ਿਆ ਹੋਇਆਂ ਦੀ ਸੰਗਤ ਵਿੱਚ ਕੱਟੀ ਜਾਏਗੀ ਕਿਉਂਕਿ ਮਨ ਨਿਰਮਲ ਹੋ ਜਾਏਗਾ। ਨਿਰਮਲ ਕਿਉਂ ਹੋਏਗਾ? ਕਿਉਂਕਿ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀਰਤਰੇ ਚਿੰਨ ਪੂਰੇ ਗੁਰ ਕਾ ਸੁਣ ਉਪਦੇਸ਼ ਭਾਗ ਬ੍ਰਹਮ ਨਿਕਟ ਕਰਕੇ ਇਸ ਪ੍ਰੋਸੈਸ ਵਿੱਚ ਆ ਜਾਏਗਾ ਤਾਂ ਕਿ ਸਰਵ ਪਰਿਓ ਨਾਨਕ ਦਾਸ ਜਾਤੇ ਉੱਪਰ ਕੋਣਾ ਜਿਹਦੇ ਉੱਤੇ ਕੋਈ ਹੈ ਹੀ ਨਹੀਂ ਉਹਦੀ ਸ਼ਰਨ ਪੈਣਾ। ਗੁਰ ਪੂਰਾ ਮੇਰੀ ਰਾਖ ਲਈ ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਇਹਨਾਂ ਪੰਜਾਂ ਚੋਰਾਂ ਤੋਂ ਮੈਨੂੰ ਤਗੜਾ ਕਰ ਦਿੱਤਾ। ਹੁਣ ਇਹ ਮੈਂ ਆਪਣੇ ਵੱਸ ਵਿੱਚ ਕਰ ਲਏ, ਹੁਣ ਇਹ ਮੇਰੇ ਗੋਡੇ ਥੱਲੇ ਹਨ ਅਤੇ ਮੈਂ ਇਹਨਾਂ ਨੂੰ ਦਾਸੀ ਬਣਾ ਕੇ ਦਾਸ ਬਣਾ ਕੇ ਇਹਨਾਂ ਨੂੰ ਵਰਤਦਾ। ਹੁਣ ਮਾਇਆ ਮੇਰੀ ਦਾਸੀ ਹੋ ਗਈ, ਰੱਬ ਦੀ ਦਾਸੀ ਸੀ ਹੁਣ ਮੇਰੀ ਵੀ ਦਾਸੀ ਹੋ ਗਈ। ਕਿਉਂ? ਰੱਬ ਨਾਲ ਮੇਰੀ ਦੋਸਤੀ ਜੋ ਹੋ ਗਈ, ਪਿਆਰ ਜੋ ਪੈ ਗਿਆ, ਮੈਂ ਰੱਬ ਨਾਲ ਇੱਕ ਜੋ ਹੋ ਗਿਆ, ਹੁਣ ਇਹ ਮੇਰੀ ਦਾਸੀ ਹੈ। ਇਹ ਪੰਜ ਮੇਰੇ ਹੁਣ ਨੌਕਰ ਹਨ, ਮੈਂ ਇਹਨਾਂ ਨੂੰ ਆਪਣੀ ਮਰਜ਼ੀ ਨਾਲ ਵਰਤਦਾ, ਛੱਡਿਆ ਨਹੀਂ ਮੈਂ ਇਹਨਾਂ ਨੂੰ। ਪਹਿਲਾਂ ਇਹ ਮੇਰੇ 'ਤੇ ਭਾਰੂ ਸੀ, ਹੁਣ ਮੈਂ ਇਹਨਾਂ ਨੂੰ ਆਪਣੇ ਵੱਸ ਵਿੱਚ ਕਰ ਲਿਆ। ਪੰਜ ਦੂਤ ਤੁਧ ਵੱਸ ਕੀਤੇ ਕਾਲ ਕੰਟਕ ਮਾਰਿਆ, ਉਹਦੀ ਬਖਸ਼ਿਸ਼ ਨਾਲ ਵੱਸ ਵਿੱਚ ਆਉਂਦੇ ਹਨ, ਆਪਣੀ ਹਿੰਮਤ ਤਾਕਤ ਨਾਲ ਨਹੀਂ ਆਉਂਦੇ। ਤੂੰ ਆਓ ਦ੍ਰਿੜ ਕਰ ਲਈਏ ਗੁਰ ਪੂਰਾ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ ਜਨਮ ਜਨਮ ਕੀ। ਗੁਰ ਪੂਰਾ ਮੇਰੀ ਰਾਖ ਲਈ, ਗੁਰ ਪੂਰਾ ਮੇਰੀ ਰਾਖ ਲਈ, ਅੰਮ੍ਰਿਤ ਨਾਮ ਕੋਈ ਪਿਆਰਾ
Simar,
ਅੱਖ ਮਨ ਮਾਈ ਚਰਨ ਕਮਲ ਅੱਖ ਮਨ ਮਾਈ ਤਾਂ ਕੀ ਸਾਰ ਜਿਸ ਜੇ ਵਡ ਆਵਰ
ਇਸ ਜੇਵਟ ਆਵਰ ਨਾ ਪੋਏ ਇਸ ਜੇਵਟ ਆਵਰ ਨਾ ਪੋਏ ਇਸ ਜੇਵਟ ਮੋਰ ਪੂਰਾ